ਇਹ ਉਹ ਕਾਲੀ ਕਿਤਾਬ ਹੈ ਦੁਨੀਆ ਦੀ ਸਭ ਤੋਂ ਭੈੜੀ ਕਿਤਾਬ, ਜਿਸ ਕਿਤਾਬ ਨੇ ਹਜ਼ਾਰਾਂ ਸਾਲ ਦੀ ਗੁਲਾਮੀ ਦਿੱਤੀ। ਜਿਹਨੇ ਇਹ ਕਿਤਾਬ ਨਹੀਂ ਵੇਖੀ, ਜਿਹਨੇ ਇਹ ਕਿਤਾਬ ਨਹੀਂ ਪੜ੍ਹੀ, ਉਹਨੂੰ ਕੀ ਪਤਾ ਕਿ ਇਹਦੇ 'ਚ ਕੀ ਲਿਖਿਆ ਹੈ। ਇਹਦੇ 'ਚ ਹੀ ਲਿਖਿਆ ਹੈ ਕਿ ਤੁਹਾਡਾ ਕੋਈ ਘਰ ਘਾਟ ਨਹੀਂ ਹੋਏਗਾ। ਇਹਦੇ 'ਚ ਹੀ ਲਿਖਿਆ ਹੈ ਕਿ ਤੁਸੀਂ ਖਾਓਗੇ ਨਹੀਂ ਕੁਛ ਆਪਣੇ ਘਰੇ, ਤੁਸੀਂ ਸਿਰਫ ਝੂਠ ਖਾਓਗੇ ਲੋਕਾਂ ਦੀ ਸੁੱਟੀ ਹੋਈ। ਇਹਦੇ 'ਚ ਲਿਖਿਆ ਹੈ, ਇਹਦੇ 'ਚ ਹੀ ਲਿਖਿਆ ਕਿ ਤੁਹਾਡੀ ਕੋਈ ਜਾਇਦਾਦ ਨਹੀਂ ਹੋਏਗੀ, ਜਾਇਦਾਦ ਤੁਹਾਡੀ ਕੁੱਤੇ ਗਧੇ ਅਤੇ ਸੂਰ ਹੋਏਗੀ। ਇਹਦੇ 'ਚ ਹੀ ਲਿਖਿਆ ਕਿ ਤੁਸੀਂ ਛੂਦਰ ਹੈ ਔਰ ਛੂਦਰ ਬਰਾਬਰ ਕੁੱਤਾ ਹੁੰਦਾ। ਇਹਦੇ 'ਚ ਲਿਖਿਆ, ਇਹਦੇ 'ਚ ਲਿਖਿਆ ਕਿ ਔਰਤ ਨੂੰ ਕਦੇ ਵਿੱਦਿਆ ਨਹੀਂ ਦੇਣੀ, ਘੋਰ ਨਰਕ ਨੂੰ ਜਾਓਗੇ। ਇਹਦੇ 'ਚ ਲਿਖਿਆ, ਇਹਦੇ 'ਚ ਲਿਖਿਆ ਕਿ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਅਗਰ ਕਿਸੇ ਕਿਤਾਬ ਨੂੰ ਵੇਖੋਗੇ ਤਾਂ। ਇਹਦੇ 'ਚ ਲਿਖਿਆ ਹੈ ਕਿ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ ਅਗਰ ਕੋਈ ਅੱਖਰ ਸੁਣਦਾ ਤਾਂ। ਇਹਦੇ 'ਚ ਲਿਖਿਆ ਕਿ ਜ਼ਬਾਨ ਖੋਲ੍ਹਦਾ ਤਾਂ ਕੋਈ ਜ਼ਬਾਨ ਕੱਟ ਦਿਓ। ਇਹਦੇ 'ਚ ਲਿਖਿਆ ਹੈ ਕਿ ਜੇ ਉੱਚੀ ਥਾਂ 'ਤੇ ਕੋਈ ਭੁੱਲ ਕੇ ਛੂਦਰ ਬੈਠਦਾ ਹੈ ਤਾਂ ਤੱਤੇ ਸਰੀਏ ਉਹਦੇ ਪੁੜਿਆਂ 'ਤੇ ਲਾ ਦਿਓ। ਤੁਸੀਂ ਜੇ ਇਹ ਕਿਤਾਬ ਵੇਖੀ ਨਹੀਂ ਤਾਂ ਪੜ੍ਹੋਗੇ ਕਿਵੇਂ। ਇਸੇ ਕਰਕੇ ਮੈਂ ਬ੍ਰਾਹਮਣ ਦੇ ਗ੍ਰੰਥਾਂ ਦੇ ਵਿੱਚੋਂ ਉਹ ਹਵਾਲੇ ਭਾਰਤੀ ਲੋਕ ਨੀਚ ਕਿਵੇਂ ਬਣੇ 'ਚ ਦਿੱਤੇ ਕਿ ਚਲੋ ਓਨਾ ਹੀ ਪੜ੍ਹ ਲਓ ਤੁਸੀਂ, ਵਿੱਦਿਆ ਤੁਹਾਡੀ ਖਤਮ, ਕੱਪੜੇ ਤੁਹਾਡੇ ਖਤਮ, ਛੱਤ ਤੁਹਾਡੇ ਕੋਲ ਕੋਈ ਨਹੀਂ, ਜਾਇਦਾਦ ਤੁਹਾਡੇ ਕੋਲ ਕੋਈ ਨਹੀਂ, ਝੂਠ ਖਾਣੀ ਹੈ, ਸਿਰ 'ਤੇ ਖੰਭ ਬਣ ਕੇ ਚੱਲਣਾ ਹੈ, ਮੂੰਹ 'ਤੇ ਕੁੱਜਾ ਬਣ ਕੇ ਚੱਲਣਾ ਹੈ, ਲੱਕ ਨਾਲ ਝਾੜੂ ਬਣ ਕੇ ਚੱਲਣਾ ਹੈ, ਜੁੱਤੀ ਕਦੇ ਨਹੀਂ ਪਾਉਣੀ, 12 ਵਜੇ ਬਾਹਰ ਨਿਕਲਣਾ ਹੈ ਔਰ ਨਿਕਲਣ ਤੋਂ ਬਾਅਦ ਆਵਾਜ਼ ਦੇਣੀ ਹੈ ਕਿ ਮੈਂ ਆ ਰਿਹਾ। ਆਵਾਜ਼ ਦੇਣੀ ਪੈ, ਆਵਾਜ਼ ਦੇਣੀ ਪੈਂਦੀ ਜਾ ਕੇ ਕਿ ਮੈਂ ਆ ਰਿਹਾ। ਇਸ ਕਿਤਾਬ ਨੇ ਤਕਦੀਰ ਲਿਖੀ ਤੁਹਾਡੀ। ਔਰ ਇਹ ਲਿਖਣ ਵਾਲਾ ਕੌਣ ਹੈ? ਪੁਸ਼ਪਾ ਮਿੱਤਰ ਬ੍ਰਾਹਮਣ ਦਾ ਜਿਹੜਾ ਚੇਲਾ ਸੀ, ਕਿਉਂਕਿ ਪੁਸ਼ਪਾ ਮਿੱਤਰ ਰਾਜਾ ਹੈ ਔਰ ਰਾਜੇ ਦਾ ਇੱਕ ਚੇਲਾ ਹੈ ਜਿਹਦਾ ਨਾਮ ਮਨੂ ਹੈ। ਇਹ ਪੁਸ਼ਪਾ ਮਿੱਤਰ ਜਦ ਰਾਜਗੱਦੀ 'ਤੇ ਬੈਠਿਆ ਸਾਡੇ ਬਜ਼ੁਰਗਾਂ ਨੂੰ ਮਾਰ ਕੇ, ਤਦ ਇਹ ਕਿਤਾਬ ਲਿਖਾਈ। ਇਹ ਇੱਕ ਸੰਵਿਧਾਨ ਹੈ, ਇਹ ਬ੍ਰਾਹਮਣ ਦਾ ਸੰਵਿਧਾਨ ਹੈ। ਅਗਰ ਰਾਮ ਰਾਜ ਆ ਗਿਆ ਤਾਂ ਕੀ ਲਾਗੂ ਹੋਏਗਾ? ਅਰੇ ਰਾਮ ਰਾਜ ਆ ਗਿਆ ਤਾਂ ਲਾਗੂ ਕੀ ਹੋਏਗਾ? ਪਹਿਲਾਂ ਤਾਂ ਤੁਸੀਂ ਭੁੱਲ ਜਾਓ ਕਿ ਜੈ ਭੀਮ ਕਹੋਗੇ, ਇਹ ਭੁੱਲ ਜਾਓ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋਗੇ। ਅਗਲੇ ਸਿੱਟ ਲੈਂਦੇ ਆ, ਤੁਸੀਂ ਸੋਚਦੇ ਸਾਡੇ ਨਾਲ ਤਾਂ ਹੁੰਦਾ ਨਹੀਂ ਹੈ। ਅਰੇ ਉਹ ਕੌਣ ਹੈ ਜਿਹਦੇ ਨਾਲ ਹੋ ਰਿਹਾ?